ਦਾ ਅਕਾਲ ਤਖਤ ਸਾਹਿਬ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਔਰ ਗੁਰੂ ਗ੍ਰੰਥ ਸਾਹਿਬ ਸਾਡੇ ਪਿਓ ਪਰਮ ਪਰਮੇਸ਼ਰ ਹੈ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਉਸ ਗੁਰਮਰਿਆਦਾ 'ਚ ਹਮੇਸ਼ਾ ਰਹਿੰਦੇ ਹਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਦੇ ਜ਼ਿੰਦਗੀ 'ਚ ਅਸੀਂ ਸਾਧ ਸੰਗਤ ਦੀਆਂ ਨੂੰ ਠੇਸ ਨਹੀਂ ਪਹੁੰਚਾ ਸਕਦੇ ਅਕਾਲ ਤਖਤ ਸਾਹਿਬ ਦੇ ਬਾਰੇ ਅਤੇ ਨਾ ਕਿਸੇ ਹੋਰ ਬਾਰੇ ਮੈਂ ਕੋਈ ਐਸੇ ਵੀ ਜਿਨ੍ਹਾਂ ਨਾਲ ਉਹਨਾਂ ਦੇ ਮਨ ਨੂੰ ਠੇਸ ਪਹੁੰਚੇ ਮੈਂ ਕੋਈ ਐਸੇ ਸ਼ਬਦ ਨਹੀਂ ਕਹੇ ਜਿੱਥੋਂ ਤੱਕ ਮਾਫ਼ੀ ਦਾ ਸਵਾਲ ਹੈ ਮੇਰੇ ਤੋਂ ਤਾਂ 50 ਵਾਰੀ ਮਾਫ਼ੀ ਮੰਗਾ ਲੈਣ ਆਪ ਜੀ ਔਰ ਮੈਂ ਤੁਹਾਡਾ ਸਨਮਾਨ ਕਰਦੇ ਹੋਏ ਮੈਂ ਤੁਹਾਡੇ ਤੋਂ ਜੇ ਤੁਹਾਨੂੰ ਲੱਗਿਆ ਕਿ ਮੈਂ ਕੋਈ ਗਲਤ ਸ਼ਬਦ ਕਹਿਤੇ ਹੈ ਤਾਂ ਮੈਂ ਤੁਹਾਡੇ ਤੋਂ ਖਿਮਾ ਦਾ ਜਾ ਚੁੱਕਾ ਮੈਂ ਕਿਹਾ ਸੀਗਾ ਕਿ ਇਹਨੂੰ ਬਾਹਰ ਕੱਢਿਆ ਜਾਵੇ ਲੇਕਿਨ ਮੈਨੂੰ ਲੱਗਦਾ ਉਹ ਬਾਹਰ ਨਹੀਂ ਕੱਢਿਆ ਗਿਆ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਸਨਮਾਨ ਬਾਹਰ ਕੱਢਣਾ ਅਤੇ ਅਸਤੀਫਾ ਮਨਜ਼ੂਰ ਕਰਨਾ ਦੇ ਵਿੱਚ ਫਰਕ ਹੈਗਾ ਇੱਕ ਬਿਆਨ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਇੱਕ ਪ੍ਰੈਸ ਨੋਟ ਜਾਰੀ ਹੋਇਆ ਜਿਹਦੇ 'ਚ ਉਹਨਾਂ ਨੇ ਕਿਹਾ ਹੈਗਾ ਕਿ ਜਾਂ ਤਾਂ ਮਾਫ਼ੀ ਮੰਗਣ ਜਿਹੜਾ ਸਕ੍ਰਿਪਟਡ ਵਾਲੇ ਬਿਆਨ ਤੋਂ ਬਾਅਦ ਕਿ ਜਾਂ ਤਾਂ ਮਾਫ਼ੀ ਮੰਗਣ ਨਹੀਂ ਤਾਂ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਈ ਜਾਏਗੀ ਅਕਾਲ ਤਖਤ ਸਾਹਿਬ ਲਈ ਇਹ ਕਹਿਣਾ ਹੋਵੇਗਾ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦਾ ਮੈਂ ਬਹੁਤ ਸਨਮਾਨ ਕਰਦਾ ਔਰ ਮੈਂ ਨਹੀਂ ਕਰਦਾ ਪੂਰਾ ਸਿੱਖ ਜਗਤ ਕਰਦਾ ਅਕਾਲ ਤਖਤ ਸਾਹਿਬ ਦਾ ਸਨਮਾਨ ਔਰ ਗੁਰੂ ਗ੍ਰੰਥ ਸਾਹਿਬ ਸਾਡੇ ਪਿਓ ਪਰਮ ਪਰਮੇਸ਼ਰ ਹੈ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਉਸ ਗੁਰਮਰਿਆਦਾ 'ਚ ਹਮੇਸ਼ਾ ਰਹਿੰਦੇ ਹਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਦੇ ਜ਼ਿੰਦਗੀ 'ਚ ਅਸੀਂ ਸਾਧ ਸੰਗਤ ਦੀਆਂ ਨੂੰ ਠੇਸ ਨਹੀਂ ਪਹੁੰਚਾ ਸਕਦੇ ਜਿੱਥੋਂ ਤੱਕ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ ਵੀ ਜਥੇਦਾਰ ਜੀ ਮੈਨੂੰ ਜਥੇਦਾਰ ਜੀ ਕਹਿਣਗੇ ਕਿ ਵੜੇਂਗੇ ਇੱਥੇ ਆ ਕੇ ਭਾਂਡੇ ਮਾਂਜ ਤਾਂ ਮੈਂ ਭਾਂਡੇ ਵੀ ਮਾਂਜਾਂਗਾ ਮੈਨੂੰ ਕਹਿਣਗੇ ਰਾਜੇ ਤੂੰ ਜੁੱਤੇ ਝਾੜ ਤਾਂ ਮੈਂ ਜੁੱਤੇ ਝਾੜਾਂਗਾ ਵੈਸੇ ਵੀ ਉਹ ਮੈਂ ਸੇਵਾ ਕਰਦਾ ਮੈਨੂੰ ਉਹ ਆਖਣਗੇ ਕਿ ਹੋਰ ਕੋਈ ਕੰਮ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਜੀ ਸਾਡੇ ਸਨਮਾਨ ਯੋਗ ਮੈਨੂੰ ਕਹਿਣਗੇ ਉਹ ਮੈਂ ਕਰਾਂਗਾ ਪਰ ਮੈਂ ਉਹਨਾਂ ਦੇ ਬਾਰੇ ਨਾ ਤਾਂ ਅਕਾਲ ਤਖਤ ਸਾਹਿਬ ਦੇ ਬਾਰੇ ਅਤੇ ਨਾ ਕਿਸੇ ਹੋਰ ਬਾਰੇ ਮੈਂ ਕੋਈ ਐਸੇ ਵੀ ਜਿਨ੍ਹਾਂ ਨਾਲ ਉਹਨਾਂ ਦੇ ਮਨ ਨੂੰ ਠੇਸ ਪਹੁੰਚੇ ਮੈਂ ਕੋਈ ਐਸੇ ਸ਼ਬਦ ਨਹੀਂ ਕਹੇ ਜਿੱਥੋਂ ਤੱਕ ਮਾਫ਼ੀ ਦਾ ਸਵਾਲ ਹੈ ਮੇਰੇ ਤੋਂ ਤਾਂ 50 ਵਾਰੀ ਮਾਫ਼ੀ ਮੰਗਾ ਲੈਣ ਅਗਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਮੈਨੂੰ ਸੁਨੇਹਾ ਆ ਜਾਏ ਜਿਵੇਂ ਤੁਸੀਂ ਆਹ ਕਹਿੰਦੇ ਵੀ ਅਗਰ ਇਹ ਉਹਨਾਂ ਦਾ ਬਿਆਨ ਹੈ ਜਾਂ ਉਹਨਾਂ ਦੀ ਚਿੱਠੀ ਹੈ ਤਾਂ ਮੈਂ 5 ਵਾਰ ਪਹਿਲਾਂ ਹੀ ਕਹਿ ਦਿੰਦਾ ਕਿ ਜਥੇਦਾਰ ਸਾਹਿਬ ਜੀ ਔਰ ਮੈਂ ਤੁਹਾਡਾ ਸਨਮਾਨ ਕਰਦੇ ਹੋਏ ਮੈਂ ਤੁਹਾਡੇ ਤੋਂ ਜੇ ਤੁਹਾਨੂੰ ਲੱਗਿਆ ਕਿ ਮੈਂ ਕੋਈ ਗਲਤ ਸ਼ਬਦ ਕਹਿਤੇ ਹੈ ਤਾਂ ਮੈਂ ਤੁਹਾਡੇ ਤੋਂ ਖਿਮਾ ਦਾ ਜਾ ਚੁੱਕਾ ਔਰ ਪੂਰਨ ਤੌਰ 'ਤੇ ਸਿੱਖ ਸ਼ਰਧਾ ਦੇ ਮੁਤਾਬਕ ਔਰ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਪਰ ਮੈਂ ਕਿਸੇ ਮਰਿਆਦਾ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਆਪਦੇ ਮਨ ਦੇ ਭਾਵ ਕਿਉਂਕਿ ਅਕਾਲੀ ਦਲ ਇਹ ਗੱਲ ਕਹਿ ਰਿਹਾ ਕਿ ਅਸੀਂ ਚੁਣਾਵ ਇਸ ਕਰਕੇ ਨਹੀਂ ਲੜ ਰਹੇ ਕਿ ਸਾਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਕੀਤਾ ਗਿਆ ਅਤੇ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਕੀ ਸੁਖਬੀਰ ਸਿੰਘ ਬਾਦਲ ਨੂੰ ਹੀ ਚੋਣ ਲੜਨ ਤੋਂ ਰੋਕਿਆ ਗਿਆ ਕਿ ਪੂਰੀ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਿਆ ਗਿਆ ਔਰ ਕੀ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਤੋਂ ਰੋਕਿਆ ਗਿਆ ਹੈ ਕਿ ਨਹੀਂ ਰੋਕਿਆ ਗਿਆ ਇਹਦੇ ਬਾਰੇ ਵੀ ਅਸੀਂ ਮਰਿਆਦਾ ਦੇ ਤਹਿਤ ਮੈਂ ਅਕਾਲ ਤਖਤ ਸਾਹਿਬ ਸਾਡੇ ਜਥੇਦਾਰ ਸਾਹਿਬ ਨੂੰ ਸਿਰ ਝੁਕਾ ਕੇ ਇਹਦੇ ਬਾਰੇ ਵੀ ਮੈਂ ਚਾਹੁੰਦਾ ਕਿ ਕਲੈਰੀਫਿਕੇਸ਼ਨ ਹੋ ਜਾਏ ਕਿਉਂਕਿ ਸਾਧ ਸੰਗਤ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦੇ ਭਰਮ ਭੁਲੇਖੇ ਪਾਏ ਜਾ ਰਹੇ ਨੇ ਕਿ ਜਥੇਦਾਰ ਸਾਹਿਬ ਨੇ ਇਹ ਗੱਲ ਕਹਿਤੀ ਹੈ ਕਿ ਇਹ ਚੁਣਾਵ ਨਹੀਂ ਲੜਨਗੇ ਉਹ ਨਿਕਲਣਾ ਚਾਹੁੰਦੇ ਹੈ ਹਾਲਾਂਕਿ ਅਕਾਲੀ ਦਲ ਦਾ
ਤੇ ਬੀਜੇਪੀ ਦਾ ਇੰਟਰਨਲ ਸਮਝੌਤਾ ਹੈ, ਇਸ ਕਰਕੇ ਉਹ ਚੁਣਾਵ ਨਹੀਂ ਲੜ ਰਹੇ ਹੈ। ਅੰਦਰ ਖਾਤੇ ਜਿਹੜੀ ਮੈਂ ਕਿਹਾ ਕਿ ਕਹਾਣੀ ਫਿੱਟ ਹੈ, ਕਹਾਣੀ ਫਿੱਟ ਹੈ, ਉਹਦੇ 'ਤੇ ਕਲੈਰਿਟੀ ਲਿਆਉਣ। ਦੂਜੀ ਗੱਲ, ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ, ਕਿਉਂਕਿ ਫਿਰ ਇੱਦਾਂ ਹੀ ਕਈ ਵਾਰੀ ਹੋ ਜਾਂਦੀ ਹੈ ਮਨ ਦੇ ਵਿੱਚ ਗੱਲ, ਕਿਉਂਕਿ ਉਹ ਤਾਂ ਸਾਡੇ ਜਥੇਦਾਰ ਹੈ, ਸੁਪਰੀਮ ਹੈ, ਸਾਨੂੰ ਜੋ ਕਹਿਣਗੇ ਅਸੀਂ ਤਾਂ ਉਹਨੂੰ ਮੰਨ ਹੀ ਲੈਣਾ, ਉਹਨਾਂ ਨੇ ਜੋ ਕਹਿਣਾ ਮੰਨ ਲੈਣਾ। ਲੇਕਿਨ ਵਲਟੋਆ ਸਾਹਿਬ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਬਾਹਰ ਕੱਢਿਆ ਜਾਵੇ, ਲੇਕਿਨ ਮੈਨੂੰ ਲੱਗਦਾ ਉਹ ਬਾਹਰ ਨਹੀਂ ਕੱਢਿਆ ਗਿਆ, ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸਨਮਾਨ ਬਾਹਰ ਕੱਢਣਾ ਅਤੇ ਅਸਤੀਫਾ ਮਨਜ਼ੂਰ ਕਰਨਾ ਦੇ ਵਿੱਚ ਫਰਕ ਹੈਗਾ, ਅਤੇ ਉਹਦੇ ਬਾਰੇ ਵੀ ਤੁਹਾਡਾ ਸਾਰੇ ਜਾਣੇ ਅਸੀਂ ਜਾਣਨਾ ਚਾਹੁੰਦੇ ਹਾਂ। ਪਰ ਤੁਹਾਨੂੰ ਮੇਰੇ ਕਿਸੇ ਸ਼ਬਦ ਤੋਂ ਜਾਂ ਮੇਰੀ ਕਿਸੇ ਗੱਲ ਤੋਂ ਮਨ ਨੂੰ ਠੇਸ ਪਹੁੰਚੀ ਹੋਵੇ, ਰਾਜਾ ਵੜਿੰਗ 7 ਵਾਰੀ ਸਿਰ ਝੁਕਾ ਕੇ ਤੁਹਾਡੇ ਤੋਂ ਮਾਫ਼ੀ ਮੰਗਦਾ ਹੈ ਅਤੇ ਮੰਗਦਾ ਰਹੇਗਾ। ਮੈਂ ਕੁਛ ਨਾ ਵੀ ਕਹਾਂ ਤਾਂ ਮੈਂ ਸੁਬਾਹ ਰੋਜ਼ਾਨਾ ਮਹਾਰਾਜ ਦੇ ਅੱਗੇ ਜਦੋਂ ਅਰਦਾਸ ਕਰਦਾ ਉਦੋਂ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਨੂੰ ਯਾਦ ਕਰਦੇ ਹੋਏ, ਅਕਾਲ ਤਖਤ ਸਾਹਿਬ ਨੂੰ ਯਾਦ ਕਰਦੇ ਹੋਏ ਰੋਜ਼ਾਨਾ ਹੀ ਮਾਫ਼ੀ ਮੰਗਦਾ ਕਿ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਚੁੱਕਾ, ਅੱਜ ਦੇ ਦਿਨ 24 ਘੰਟਿਆਂ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮਾਫ਼ ਕਰ। ਓਕੇ।